ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਦੁਆਰਾ ਅਲੱਗ ਅਲੱਗ ਪਿੰਡਾਂ ਨੂੰ ਸੈਨੇਟਾਈਜ਼ਰ ਸਪਰੇਅ ਕੀਤੀ ਜਾ ਰਹੀ ਹੈ। ਬਲਾਕ ਰੁੜਕਾ ਕਲਾਂ ਦੇ ਵਿੱਚ ਆਉਂਦੇ ਪਿੰਡ ਵੀ ਇਸੇ ਤਹਿਤ ਸੈਨੇਟਾਈਜ਼ ਕੀਤੇ ਗਏ, ਜਿਹਦੇ ਵਿੱਚ ਖੁਦ BDPO ਰਾਮਪਾਲ ਸਿੰਘ ਰਾਣਾ ਦੁਆਰਾ ਪਿੰਡ ਦੇ ਮੁਹੱਲਿਆਂ ਦੇ ਵਿੱਚ ਸੈਨੇਟਾਈਜ਼ਰ ਸਪਰੇਅ ਕਰਵਾਈ ਗਈ। ਇਸੇ ਤਰ੍ਹਾਂ ਇਲਾਕੇ ਦੇ ਇਤਿਹਾਸਿਕ ਪਿੰਡ ਸੰਘ ਢੇਸੀਆਂ ਦੇ ਵਿੱਚ ਵੀ ਗ੍ਰਾਮ ਪੰਚਾਇਤ ਨੇ ਨੌਜਵਾਨਾਂ ਦੇ ਨਾਲ ਮਿਲ ਕੇ ਪਿੰਡ ਦੇ ਮੁਹੱਲੇ ਦੁਕਾਨਾਂ ਤੇ ਧਾਰਮਿਕ ਸਥਲਾਂ ਤੇ ਸੈਨੇਟਾਈਜ਼ਰ ਸਪਰੇਅ ਕੀਤੀ। ਇਸ ਦੌਰਾਨ BDPO ਨੇ ਕਿਹਾ ਕਿ ਬਲਾਕ ਰੁੜਕਾ ਕਲਾਂ ਦੇ ਸਾਰੇ ਪਿੰਡਾਂ ਨੂੰ ਸੈਨੇਟਾਈਜ਼ਰ ਕੀਤਾ ਜਾ ਰਿਹਾ ਤਾਂ ਜੋ ਕੋਰੋਨਾ ਵਰਗੀ ਭਿਆਨਕ ਬਿਮਾਰੀ ਤੋਂ ਦੇਸ਼ ਵਾਸੀਆਂ ਨੂੰ ਦੂਰ ਰੱਖਿਆ ਜਾ ਸਕੇ। ਅੱਜ ਬਲਾਕ ਰੁੜਕਾ ਕਲਾਂ ਦੇ ਪਿੰਡ ਰੁੜਕੀ ਕਲਾਂ ਦੇ ਵਿੱਚ ਅਸੀਂ ਜਿਹੜੀ ਆ ਦਵਾਈ ਦਾ ਛਿੜਕਾਅ ਕਰ ਰਹੇ ਹਾਂ, ਜਿਹਦੇ ਨਾਲ ਵੀ ਬਿਮਾਰੀ ਨਾ ਫੈਲੇ। ਇਹ ਜਿਹੜਾ ਪਿੰਡ ਦੇ ਵਿੱਚ ਹਰ ਗਲੀ ਦੇ ਵਿੱਚ ਮਤਲਬ ਛਿੜਕਾਅ ਹੋਵੇਗਾ। ਇਸ ਤਰ੍ਹਾਂ ਰੋਜ਼ ਰੋਜ਼ਾਨਾ 10 ਦਿਨ ਇਹ ਛਿੜਕਾਅ ਦਾ ਚੱਲੂਗਾ ਤਾਂ ਕਿ ਜੋ ਭਿਆਨਕ ਬਿਮਾਰੀ ਪਿੰਡ ਦੇ ਵਿੱਚ ਨਾ ਫੈਲ ਸਕੇ। ਅੱਛਾ ਸਰ, ਹੁਣ ਤੱਕ ਬਲੋਕ ਦੇ ਕਿੰਨੇ ਪਿੰਡ 'ਚ ਸਪਰੇਅ ਹੋ ਚੁੱਕੀ ਆ ਅਤੇ ਕਿੰਨੇ ਕੁ ਰਹਿੰਦੇ ਆ? ਅਸੀਂ ਅੱਜ ਕੁੱਲ ਆਪਣੇ ਬਲਾਕ ਦੇ ਰੁੜਕਾ ਕਲਾਂ ਦੇ 10 ਪਿੰਡਾਂ ਦੇ ਵਿੱਚ ਅੱਜ ਜਿਹੜੀ ਹੈਗੀ ਆ ਦਵਾਈ ਦਾ ਅਸੀਂ ਪ੍ਰੋਵਾਈਡ ਕੀਤੀ ਆ। ਇਸ ਤਰ੍ਹਾਂ ਹਰ ਪਿੰਡ ਦੇ ਵਿੱਚ ਜਿਹੜੀ ਆ ਮਸ਼ੀਨਾਂ ਰਾਹੀਂ ਪਿੰਡ ਦੇ ਵਿੱਚ ਛਿੜਕਾਅ ਹੋ ਰਿਹਾ। ਕੀ ਪਿੰਡ ਵਾਲਿਆਂ ਲਈ ਕੋਈ ਮਾਸਕ ਵਗੈਰਾ ਦੀ ਵੀ ਸਕੀਮ ਆ ਰਹੀ ਆ ਗਵਰਨਮੈਂਟ ਵੱਲੋਂ? ਇਸ ਤਰ੍ਹਾਂ ਹਾਲੇ ਤਾਂ ਇਸ ਤਰ੍ਹਾਂ ਦੀ ਕੋਈ ਸਕੀਮ ਨਹੀਂ ਹੈਗੀ, ਜਦੋਂ ਕੋਈ ਆਊਗੇ ਤਾਂ ਉਹ ਅਸੀਂ ਹਰ ਪਿੰਡ ਦੇ ਵਿੱਚ ਪ੍ਰੋਵਾਈਡ ਕਰਾਂਗੇ। ਇਸ ਮੌਕੇ PO ਰੁੜਕਾ ਕਲਾਂ ਗੁਰਮੇਜ ਸਿੰਘ, ਹਰਜਿੰਦਰ ਕੌਰ ਚੇਅਰਪਰਸਨ, ਗਾਓਂ ਪਿੰਡ ਸੰਘ ਢੇਸੀਆਂ ਦੇ ਸਰਪੰਚ ਜਗਜੀਤ ਸਿੰਘ ਢੇਸੀ, ਸ਼ੀਤਾ ਪੰਚ, ਜਸਪਾਲ ਪੰਚ, ਮਹਿੰਦਰ ਪੰਚ, ਗੋਰਾ ਸੰਧੂ, ਸ਼ਿੰਦਾ ਵਿਨੋਦ, ਗੌਰਵ, ਸੋਨੂ ਪੰਡਿਤ, ਬਿੰਦੀ ਢੇਸੀ, ਸਾਬੀ ਢੇਸੀ, ਜਸਪਾਲ ਤੋਂ ਇਲਾਵਾ ਪਿੰਡ ਰੁੜਕੀ ਦੇ ਸਰਪੰਚ ਦਲਜੀਤ ਕੌਰ, ਬਲਜਿੰਦਰ ਕੁਮਾਰ, ਗੁਰਜੀਤ ਸੱਗੂ, ਰਾਣਾ ਕੁੰਨਰ, ਰਵੀ ਨੰਦਨ, ਸੁਰਿੰਦਰ ਪੰਚ, ਸੁਖਵਿੰਦਰ ਤੇ ਅਨਿਲ ਕੁਮਾਰ ਮੌਜੂਦ ਸੀ।